ਗੁਰਦੀ ਪੀਰ ਹੋ ਆਦ ਜੀ ਰਾਜੂ ਭਾਜੀ ਤੁਸੀਂ ਚੱਲਦੇ ਹੋ ਸਾਰੇ ਵੀਰ ਆਉਣਗੇ ਸੰਧੂ ਵੀਰੇ ਹੁਣ ਜਿੰਨੇ ਵੀਰ ਪੁੱਜੇ ਆ ਮੈਂ ਬੇਨਤੀ ਕਰੂੰਗਾ ਸਾਰੇ ਜਾਣੇ ਗੋਰੇ ਵਾਲੇ ਆਉਣਗੇ ਨਾਲ ਸਾਡੀ ਪ੍ਰਬੰਧਕ ਕਮੇਟੀ ਲਾਈਵ ਵਾਲੇ ਭਰਾ ਦੇ ਕੋਲ ਉੱਥੇ ਸਨਮਾਨ ਕੀਤਾ ਜਾਵੇਗਾ ਲਾਈਵ ਵਾਲੇ ਵੀਰ ਦੇ ਕੋਲ ਜਿਹੜਾ ਸਨਮਾਨ ਵੀਰਪਾਲ ਗੋਰੇ ਦਾ ਕੀਤਾ ਜਾਵੇਗਾ ਕਿਉਂਕਿ ਨਵੇਂ ਖਿਡਾਰੀਆਂ ਨੂੰ ਪ੍ਰਮੋਟ ਬਹੁਤ ਕਰਦੇ ਹੋ ਨਵੇਂ ਖਿਡਾਰੀਆਂ ਨੂੰ ਅਕਸਰ ਪ੍ਰਮੋਟ ਕਰਦੇ ਹੋ ਪਿੰਡ ਪਿੰਡ ਜਾ ਕੇ ਖਿਡਾਰੀਆਂ ਦੀ ਇੰਟਰਵਿਊ ਕਰਦੇ ਹੋ ਔਰ ਸਮੇਂ ਸਮੇਂ ਦੇ ਖਿਡਾਰੀਆਂ ਨੂੰ ਵਧੀਆ ਮਾਣ ਸਨਮਾਨ ਵੀ ਕਰਦੇ ਹੋ ਔਰ ਮੇਰੇ ਵੀਰ ਅੱਜ ਕੱਲ੍ਹ ਜਿਹੜੀ ਬਲੌਗ ਵੀ ਇਹਨਾਂ ਵੱਲੋਂ ਬਣਾਏ ਜਾਂਦੇ ਆ ਔਰ ਬੜਾ ਧੰਨਵਾਦ ਆ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਇਹਨਾਂ ਮਾਣ ਵਾਸੀਆਂ ਨੂੰ ਔਰ ਅੱਜ ਦੇ ਖੇਡ ਮੇਲੇ ਦਾ ਸਨਮਾਨ ਪੂਰਾ ਵਿਸ਼ੇਸ਼ ਤੌਰ ਤੇ ਕੀਤਾ ਜਾ ਰਿਹਾ ਹੈ ਵੀਰਪਾਲ ਗੋਰੇ ਵੀਰੇ ਥੋੜਾ ਹੋਰ ਇੱਧਰ ਨੂੰ ਹੋ ਜਾਓ ਪੂਰਾ ਦੇਖ ਕੇ ਉਸ ਹਿਸਾਬ ਨਾਲ ਹੋ ਜਾਓ ਖਿਡਾਰੀਆਂ ਨੂੰ ਵੱਧ ਤੋਂ ਵੱਧ ਮੌਕਾ ਦਿੰਦੇ ਹੋ ਹਰ ਇੱਕ ਖੇਡ ਵਿੱਚ ਤਾਰੀ ਜੋੜਨਾ ਮਾਰ ਜੀ ਬੜਾ ਧੰਨਵਾਦ ਹੈ ਸਾਰੀ ਪ੍ਰਬੰਧਕ ਕਮੇਟੀ ਦਾ ਬੁਰਜ ਲੱਗਾ ਵਾ ਜਿਨ੍ਹਾਂ ਨੇ ਇਹਨਾਂ ਮਾਣ ਬਖਸ਼ਿਆ ਔਰ ਸਤਿਕਾਰ ਬਖਸ਼ਿਆ ਮਾਨ ਸਨਮਾਨ ਸਾਨੂੰ ਬਾਬਾ ਜੀ ਨੇ ਬਖਸ਼ੇ ਵੀ ਅੱਜ ਮੈਂ ਗੱਡੀਆਂ ਤੇ ਕੈਰੋਸੀ ਰੱਖੀ ਬਹੁਤ ਬੜਾ ਧੰਨਵਾਦ ਹੈ ਜੀ ਖੇਡ ਗਰਾਊਂਡਾਂ ਦੇ ਵਿੱਚ ਬੜਾ ਪਿਆਰ ਕਰਦੇ ਲੋਕੀ ਇਹਨਾਂ ਨੂੰ ਬੜਾ ਸਤਿਕਾਰ ਕਰਦੇ ਹੈ ਔਰ ਅੱਜ ਦੇ ਦਿਨ ਵਿੱਚ ਵੀਰਪਾਲ ਗੋਰੇ ਦਾ ਵਿਸ਼ੇਸ਼ ਤੌਰ ਤੇ ਸਨਮਾਨ ਜਿਹੜਾ ਕੀਤਾ ਗਿਆ ਔਰ ਬਹੁਤ ਬਹੁਤ ਜੀ ਮੁਬਾਰਕਬਾਦਾਂ ਵਧਾਈਆਂ ਸਾਡੇ ਜੀ ਨੂੰ ਅਸੀਂ ਸਾਰੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਜੀ ਬਹੁਤ ਵਧੀਆ ਟੂਰਨਾਮੈਂਟ ਕਰਵਾਇਆ ਇਹਨਾਂ ਨੇ ਲਾਈਕ ਇਹ ਟੂਰਨਾਮੈਂਟ ਲੀਗ ਨੂੰ ਵੀ ਟੂਰਨਾਮੈਂਟ ਵਿੱਚ ਪ੍ਰਮੋਟ ਕਰਤਾ ਇਹਨਾਂ ਨੇ ਕਿਉਂਕਿ ਲਾਈਵ ਦਾ ਬਹੁਤ ਵਧੀਆ ਪ੍ਰਬੰਧ ਆ ਤੇ ਨਾਲ ਹੀ ਕਮੈਂਟਰੀ ਦਾ ਔਰ ਬਹੁਤ ਸੰਗਤ ਜੁੜੀ ਹੋਈ ਹੈ ਬਹੁਤ ਆਡੀਅੰਸ ਜੁੜੀ ਹੋਈ ਹੈ ਧੰਨਵਾਦ ਆਪਣੇ ਬਬਲ ਵੀਰ ਜੀ ਧੰਨਵਾਦ ਕਿਹੜਾ ਮੁੱਦਾ